ਜੈ ਗੁਰਦੇਵ ਧੰਨ ਗੁਰਦੇਵ ਸਾਡੇ ਸਕੂਲ ਸੈਕਿੰਡ ਇੰਡੀਆ ਮਲੇਸ਼ੀਆ ਸਪੀਡ ਪਾਵਰ ਇੰਟਰਨੈਸ਼ਨਲ ਟਾਈਕਵਾਂਡੋ ਚੈਂਪੀਅਨਸ਼ਿਪ 'ਚ 17 ਅਤੇ 18 ਫਰਵਰੀ ਨੂੰ ਹਿੱਸਾ ਲਿਆ ਅਤੇ ਇਹਨਾਂ ਦਾ ਉੱਥੇ ਬਹੁਤ ਹੀ ਵਧੀਆ ਪ੍ਰਦਰਸ਼ਨ ਰਿਹਾ। ਇਹਦੇ ਵਿੱਚ ਸੰਜਨਾ ਘੋਟ 9th ਦੀ ਲੜਕੀ ਨੇ ਗੋਲਡ ਮੈਡਲ ਜਿੱਤਿਆ, ਅਰਪਨ ਵਸਰਾ 5th ਵੀ ਨੇ ਵੀ ਗੋਲਡ ਮੈਡਲ ਲਿਆ, ਹਰਮਨ ਸੰਧੂ 7th, ਸਨਮ ਭੁੱਟਾ 9th। ਇਹਨਾਂ ਚੋਵਾਂ ਬੱਚਿਆਂ ਨੇ ਗੋਲਡ ਮੈਡਲ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸੇ ਤਰ੍ਹਾਂ ਸਿਲਵਰ ਮੈਡਲ ਵਿੱਚ ਸ਼ਾਈਨ 7th, ਸੰਜਨਾ ਬਸਰਾ 9th ਦਿਨੇ ਆਪਣੀ ਕੜੀ ਮਿਹਨਤ ਦਾ ਪ੍ਰਦਰਸ਼ਨ ਕਰਕੇ ਸਿਲਵਰ ਮੈਡਲ ਲਏ। ਬ੍ਰੌਂਜ ਮੈਡਲ ਵਿੱਚ ਜਸਵੀਨ ਕਟਾਰੀਆ 7th ਵੀ, ਵਿਨੇ ਕੁਮਾਰ 9th, ਕ੍ਰਿਸ਼ 7th ਔਰ ਇਸੇ ਤਰ੍ਹਾਂ ਇਹਨਾਂ ਨੇ ਬ੍ਰੌਂਜ ਮੈਡਲ ਲਏ। ਇਸੇ ਤਰ੍ਹਾਂ ਇਨ ਬ੍ਰੇਕਿੰਗ ਕੰਪੀਟੀਸ਼ਨ ਵਿੱਚ ਸੰਜਨਾ ਬਸਰਾ ਨੇ ਗੋਲਡ ਮੈਡਲ ਲਿਆ, ਤਨੀਸ਼ਾ ਸੰਧੂ ਨੇ ਗੋਲਡ ਮੈਡਲ ਅਤੇ ਅਰਪਨ ਬਸਰਾ ਨੇ ਸਿਲਵਰ ਮੈਡਲ ਜਿੱਤਿਆ। ਮੈਂ ਇਹਨਾਂ ਸਾਰਿਆਂ ਬੱਚਿਆਂ ਨੂੰ ਅਤੇ ਇਹਨਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਔਰ ਇਸ ਦੇ ਨਾਲ ਹੀ ਆਪਣੇ ਸਕੂਲ ਦੀ ਮੈਡਮ ਪਰਮਜੀਤ ਕੌਰ ਜਿਨ੍ਹਾਂ ਨੇ ਕਿ ਕੜੀ ਮਿਹਨਤ ਕਰਵਾਈ, ਉਹਨਾਂ ਨੂੰ ਵੀ ਇਸ ਮੌਕੇ 'ਤੇ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਔਰ ਇਸ ਦੇ ਨਾਲ। ਸੋ ਜੈ ਗੁਰਦੇਵ ਧੰਨ ਗੁਰਦੇਵ। ਅੱਜ ਰਵਦਾਸੀਆ ਸਮਾਜ ਦੇ ਮਹਾਨ ਸੰਤ ਮਹਾਂਪੁਰਸ਼ 108 ਸੰਤ ਰੰਜਨਦਾਸ ਮਹਾਰਾਜ ਜੀ ਦੀ ਰਹਿਨਮਾਈ ਹੇਠ ਫਗਵਾੜਾ ਦੇ ਹਦੀਆਬਾਦ ਵਿਖੇ ਸੰਤ ਸਰਵਣਦਾਸ ਪਬਲਿਕ ਸਕੂਲ ਜੋ ਚੱਲ ਰਿਹਾ, ਉਹ ਸਕੂਲ ਦਰ 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 ਬੁਲੰਦੀਆਂ ਨੂੰ ਛੂਹ ਰਿਹਾ ਔਰ ਬੁਲੰਦੀਆਂ ਨੂੰ ਛੂਹਦੇ ਜਿਸ ਤਰ੍ਹਾਂ ਪਹਿਲਾਂ ਵੀ ਸਕੂਲ ਦੇ ਬੱਚਿਆਂ ਨੇ ਅਲੱਗ ਅਲੱਗ ਕੰਪੀਟੀਸ਼ਨਾਂ ਵਿੱਚ ਪਾਰਟੀਸਪੇਟ ਕਰਕੇ ਚੰਗੀਆਂ ਪੁਜੀਸ਼ਨਾਂ ਹਾਸਲ ਕੀਤੀਆਂ, ਅੱਜ ਉਸੇ ਹੀ ਲੜੀ ਦੇ ਤਹਿਤ ਜੋ ਇਸ ਮਹੀਨੇ ਦੀ 18-17 ਤਰੀਕ ਨੂੰ ਤਾਮਿਲਨਾਡੂ ਦੇ ਅੰਦਰ ਜਿੱਥੇ ਤਾਈਕਵਾਂਡੋ ਦੇ ਕੰਪੀਟੀਸ਼ਨ ਹੋਏ ਨੇ ਉਸ ਦੇ ਵਿੱਚ ਸੰਤ ਸਰਵਣਦਾਸ ਪਬਲਿਕ ਸਕੂਲ ਦੇ ਬੱਚਿਆਂ ਨੇ ਬਹੁਤ ਹੀ ਅੱਛੀਆਂ ਪੁਜੀਸ਼ਨਾਂ, 4 ਗੋਲਡ ਮੈਡਲ, ਬ੍ਰੌਂਜ ਮੈਡਲ, ਸਿਲਵਰ ਮੈਡਲ ਜਿੱਤ ਕੇ ਸਕੂਲ ਨੂੰ 4 ਚੰਨ ਨਾਲ ਸਕੂਲ ਦਾ ਨਾਮ ਰੋਸ਼ਨ ਕੀਤਾ ਔਰ ਅਸੀਂ ਕ੍ਰਾਂਤੀ ਟੀਵੀ ਦੇ ਮਾਧਿਅਮ ਤੋਂ ਸਮੂਹ ਸਟਾਫ ਦਾ ਔਰ ਬੱਚਿਆਂ ਦਾ ਔਰ ਬੱਚਿਆਂ ਦੇ ਪੇਰੈਂਟਸ ਦਾ ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੱਚਿਆਂ ਨੂੰ ਇੱਕ ਚੰਗੀ ਸਿਹਤ ਦੇ ਕੇ ਔਰ ਦੇਸ਼ ਦੇ ਵਧੀਆ ਨਾਗਰਿਕ ਬਣਾਉਣ ਦੇ ਨਾਲ ਨਾਲ ਬੱਚਿਆਂ ਦੇ ਵਿੱਚ ਸਪੋਰਟਸਮੈਨਸ਼ਿਪ ਦੀ ਜਿਹੜੀ ਭਾਵਨਾ ਭਰ ਕੇ ਬੱਚਿਆਂ ਦੇ ਕੰਪੀਟੀਸ਼ਨ ਲੜਨ ਵਾਸਤੇ ਭੇਜਿਆ ਔਰ ਬੱਚੇ ਵਧੀਆ ਪੁਜੀਸ਼ਨਾਂ ਹਾਸਲ ਕਰਕੇ ਵਾਪਸ ਦੁਬਾਰਾ ਸਕੂਲ ਦੇ ਵਿੱਚ ਆਏ ਨੇ ਔਰ ਮੈਂ ਇੱਕ ਵਾਰ ਫਿਰ ਕ੍ਰਾਂਤੀ ਟੀਵੀ ਵੱਲੋਂ ਬੱਚਿਆਂ ਨੂੰ, ਪੇਰੈਂਟਸ ਨੂੰ ਔਰ ਸਕੂਲ ਦੇ ਸਟਾਫ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਔਰ ਐਪਰੀਸ਼ੀਏਟ ਕਰਦਾ ਕਿ ਬਹੁਤ ਵਧੀਆ ਬੱਚਿਆਂ ਦੇ ਵਿੱਚ ਭਾਵਨਾ ਪੈਦਾ ਕਰ ਰਹੇ ਨੇ। ਜੈ ਗੁਰਦੇਵ ਧੰਨ ਗੁਰਦੇਵ ਜੀ।